सो पहला काव टुकड़ी लिख लो, लिखो चार दिहाड़े गोयल वासा। फर्स्ट लाइन, चार दिहाड़े गोयल वासा। सेकंड है लाइन, क्या जाना कित तुलसी पासा। क्या जाना कित तुलसी पासा। नेक्स्ट लाइन है, बालक मन पर चावना। नेक्स्ट लाइन, चो जनिया मिल चोलम चोली। चो जनिया मिल चोलम चोली। कंधे उठाए लीता डंडा डोली। नेक्स्ट लाइन है, जंगल जाए बसावड़ा। कहे हुसैन फकीर रुबाना। लास्ट लाइन्स में कूड़ कड़ावा, करदावी माणा, खाकू दे विच समावणा। ठीक है, राइट। इनू पहला लिख लो, ये अर्थ समझने की कोशिश करो। जिनू तो फिलहाल ये अर्थ समझ आ गए नहीं, वो अपना हाथ खड़ा करो। थोड़ा बहुत कुछ समझ आया हो इस तो, कि चार दिहाड़े गोयल वासा, क्या जाना कि तुलकी पासा। हाँ जी प्रभगुन। मैम, इस काफ टुकड़ी च जो कवि है वो ये कहना चाहता है कि जिहड़ी साड़ी जिंदगी है वो सिर्फ थोड़े चिर थोड़ी थोड़ चिर ही है, ते एदा पता नहीं है कदों खत्म हो जाए। वेरी गुड, वेरी गुड। ठीक है, इस काव टुकड़ी विच बेटा क्या गया है कि साड़ी चार दिनां दी जिंदगी है, क्योंकि आपां वैसे ही कहने हां चार दिन दी जिंदगी है, ते बाद विच सानू किते नहीं पता कि आपां केड़े पासे जाना है, किस ढास वल जाना है, साडा अगला जन्म केड़ा होवेगा। बालक मन परचावणा, असी सिर्फ बालक जदों छोटा हुंदा है, ठीक है, बच्चा जदों जन्म लैंदा है छोटा हुंदा है, ते ओनू आपां चोली विच चुकदे हां, है ना, आपां ओनू बच्चे नू खिडाउंदे हां। फिर वही वाला बालक जो तो एंड ते वड्डा हुंदा है, मरण किनारे हुंदा है, तो देखा होगा कि चार बंदे उन्हों कंधा दिंदे ने, कंधे उठाए लीता डंडे डोली। ठीक है, और डंडे दे नाल ओदे जिन्ने भी कपड़े वगैरह ने, मोस्टली कईयां दे विच इदां हुंदा है कि कपड़े वगैरह भी ओदे नाल ही चल जांदे ने, ठीक है, जिहड़े उन्हें पाए हुंदे ने, या जिस तरह भी ओदे होर भी जिन्ने उन्हें बिलोंगिंगनेस हुंदियां ने ओदे नाल, वो भी चल जांदियां ने नाल। जंगल जाए बसावणा, कहे हुसैन फकीर नु माणा। हुण हुसैन, हुसैन कौन है इत्थे, शाह हुसैन। शाह हुसैन ने ये जिहड़ी उन्हां दी, ठीक है, काव टुकड़ी है, फकीर रुबाणा। ठीक है, रुबाणा मतलब निमाणा।
ਹੁਣ ਉਹ ਆਪਣੇ ਆਪ ਨੂੰ ਨਿਮਾਣਾ ਜਿਹਾ ਕਹਿੰਦੇ ਨੇ ਕਿ ਜੰਗਲ ਜਾ ਕੇ ਆਪਾਂ ਵਸਣਾ ਹੈ, ਕੂੜ ਕੜਾਵਾ ਕਰਦਾ ਵੀ ਮਾਣਾ, ਖਾਕ ਦੇ ਵਿੱਚ ਸਮਾਵਣਾ। ਅਸੀਂ ਚਾਹੇ ਜਿੰਨਾ ਮਰਜ਼ੀ ਝੂਠ ਬੋਲੀਏ, ਇਨਸਾਨ ਆਪਾਂ ਕੀ ਕਰਦੇ ਹਾਂ ਜ਼ਿੰਦਗੀ ਵਿੱਚ ਝੂਠ ਬੋਲਦੇ ਹਾਂ, ਪਰ ਐਂਡ ਤੇ ਕੀ ਹੈ, ਆਪਾਂ ਝੂਠ ਬੋਲ ਕੇ ਆਪਣੀ ਜ਼ਿੰਦਗੀ ਬਤੀਤ ਨਹੀਂ ਕਰ ਸਕਦੇ। ਐਂਡ ਵਿੱਚ ਸਾਨੂੰ ਖਾਕ ਦੇ ਵਿੱਚ, ਠੀਕ ਹੈ, ਸਾਨੂੰ ਮਿੱਟੀ ਵਿੱਚ ਮਿਲਣਾ ਪੈਂਦਾ ਹੈ, ਕਿਉਂਕਿ ਸਾਡੀ ਅਸਲੀਅਤ ਕੀ ਹੈ, ਮਿੱਟੀ ਹੈ। ਠੀਕ ਹੈ, ਆਪਾਂ ਨੂੰ ਜਾ ਕੇ ਮਿੱਟੀ ਵਿੱਚ ਹੀ ਮਿਲਣਾ ਪੈਂਦਾ ਹੈ ਜਦੋਂ ਮਨੁੱਖ ਦਾ ਸਰੀਰ ਜਿਹੜਾ ਹੈ ਉਹ ਪੂਰੀ ਤਰ੍ਹਾਂ ਨਾਲ ਨਾਸ਼ਵਾਨ ਹੁੰਦਾ ਹੈ। ਠੀਕ ਹੈ, ਮਨੁੱਖ ਕਦੀ ਵੀ ਅਮਰ ਨਹੀਂ ਰਹਿੰਦਾ। ਓਕੇ, ਸੋ ਇਹਦੇ ਵਿੱਚ ਇਹ ਕਿਹਾ ਗਿਆ ਹੈ। ਸੋ ਫਸਟ ਕੁਐਸਚਨ ਲਿਖੋ, ਰਾਈਟ ਔਨ ਫਸਟ ਕੁਐਸਚਨ, ਕਾਫ ਟੁਕੜੀ ਦੀਆਂ ਪਹਿਲੀਆਂ ਤੁਕਾਂ ਵਿੱਚ ਜੀਵਨ ਦੀ ਕਿਹੜੀ ਸੱਚਾਈ ਬਿਆਨ ਕੀਤੀ ਗਈ ਹੈ? ਠੀਕ ਹੈ, ਇਸ ਵਿੱਚ ਜੀਵਨ ਦੀ ਕਿਹੜੀ ਸੱਚਾਈ ਬਿਆਨ ਕੀਤੀ ਗਈ ਹੈ? ਓਕੇ ਪ੍ਰਭਗੁਣ, ਹਾਂਜੀ ਮੈਮ, ਜੀਵਨ ਨਾਸ਼ਵਾਨ ਹੈ। ਠੀਕ ਹੈ, ਵੈਰੀ ਗੁੱਡ। ਠੀਕ ਹੈ ਬੇਟਾ, ਆਪਸ਼ਨਸ ਸੀ ਕਿ ਨਾਮ ਦੀ ਮਹੱਤਤਾ, ਸੈਕਿੰਡ ਹੈ ਮੌਤ ਅਨਿਵਾਰੀ ਨਹੀਂ, ਅਨਿਵਾਰੀ ਮਤਲਬ ਮੌਤ ਜ਼ਰੂਰੀ ਨਹੀਂ, ਥਰਡ ਹੈ ਜੀਵਨ ਨਾਸ਼ਵਾਨ ਹੈ, ਜਾਂ ਕਿਰਤ ਦੀ ਮਹੱਤਤਾ। ਸੋ ਤੁਸੀਂ ਕਾਫ ਟੁਕੜੀ ਪੜ੍ਹਨੀ ਹੈ, ਇਹਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਕੀ ਦੱਸਿਆ ਹੋਇਆ ਹੈ, ਜੀਵਨ ਨਾਸ਼ਵਾਨ ਹੈ, ਹਰ ਕਿਸੇ ਨੇ ਇੱਥੋਂ ਦੀ ਚਲੇ ਜਾਣਾ ਹੈ। ਸੈਕਿੰਡ ਕੁਐਸਚਨ, ਅੰਤਲੀਆਂ ਸਤਰਾਂ ਵਿੱਚ ਕਵੀ ਨੇ ਕੀ ਸਮਝਾਇਆ ਹੈ? ਅੰਤਲੀਆਂ ਸਤਰਾਂ ਵਿੱਚ ਕਵੀ ਨੇ ਕੀ ਸਮਝਾਇਆ ਹੈ? ਠੀਕ ਹੈ, ਆਪਸ਼ਨਸ ਸੁਣ ਲਓ ਕਿ ਪਦਾਰਥਾਂ ਨੂੰ ਪਿਆਰ ਕਰੋ, ਧਨ ਦੀ ਮਹੱਤਤਾ, ਨਾਮ ਸਿਮਰਨ ਦੀ ਮਹੱਤਤਾ, ਜਾਂ ਦੁਨਾਵੀ ਪਦਾਰਥਾਂ ਦਾ ਹੰਕਾਰ ਤਿਆਗੋ। ਹਾਂਜੀ ਗੁਰਸਿਮਰ, ਗੁਰਸਿਮਰ ਬੱਚੇ ਤੁਹਾਡਾ ਪੀਰੀਅਡ ਨਾ ਕੋਈ ਹੋਰ ਹੈ, ਅੱਜ 10th A ਦਾ ਪੀਰੀਅਡ ਹੈ। ਠੀਕ ਹੈ, ਸੋ ਤੁਸੀਂ ਆਪਣੇ ਟਾਈਮ ਟੇਬਲ ਨੂੰ ਦੇਖੋ ਔਰ ਪੀਰੀਅਡ ਜੁਆਇਨ ਕਰੋ ਵਾਲਾ। ਯੈਸ ਪ੍ਰਭਗੁਣ ਮੈਮ, ਲਾਸਟ ਆਪਸ਼ਨ ਦੁਨਿਆਵੀ ਪਦਾਰਥਾਂ ਦਾ ਹੰਕਾਰ ਤਿਆਗੋ। ਦੁਨਿਆਵੀ ਪਦਾਰਥਾਂ ਦਾ ਹੰਕਾਰ ਤਿਆਗੋ, ਕਿਉਂਕਿ ਦੁਨਿਆਵੀ ਪਦਾਰਥ ਵੀ ਜਿਹੜੇ ਨੇ ਉਹ ਵੀ ਮਨੁੱਖ ਇੱਥੇ ਹੀ ਛੱਡ ਕੇ ਚਲਾ ਜਾਂਦਾ ਹੈ। ਵੈਰੀ ਗੁੱਡ। ਨੈਕਸਟ ਕੁਐਸਚਨ, ਰਬਾਣਾ ਸ਼ਬਦ ਦਾ ਕੀ ਅਰਥ ਹੈ? ਰਬਾਣਾ ਜਿਹੜਾ ਲਾਸਟ ਵਿੱਚ ਆਇਆ ਹੈ, ਹੁਣ ਕਈ ਕਾਵ ਟੁਕੜੀਆਂ ਵਿੱਚ ਤੁਹਾਨੂੰ ਅਰਥ ਵੀ ਪੁੱਛੇ ਜਾ ਸਕਦੇ ਨੇ। ਜਿਸ ਤਰ੍ਹਾਂ ਇੱਕ ਕਾਵ ਟੁਕੜੀ ਆਈ ਸੀ, ਉਹਦੇ ਵਿੱਚ ਬੰਦੀ ਜਨ ਦਾ ਮਤਲਬ ਪੁੱਛਿਆ ਸੀਗਾ। ਠੀਕ ਹੈ, ਬੰਦੀ ਜਨ ਮਤਲਬ ਗੁਲਾਮੀ, ਇਸੇ ਤਰ੍ਹਾਂ ਹੀ ਰਬਾਣਾ ਸ਼ਬਦ ਦਾ ਅਰਥ ਤੁਸੀਂ ਦੱਸਣਾ ਹੈ। ਰਬਾਣਾ ਸ਼ਬਦ ਦਾ ਅਰਥ ਆਪਸ਼ਨ ਨੇ, ਕੋਈ ਹੋਰ ਇਸ ਵਾਰੀ ਦੱਸਿਓ। ਠੀਕ ਹੈ, ਤਾਕਤਵਰ, ਨਿਮਾਣਾ, ਅਮੀਰ, ਕੰਜੂਸ। ਤਾਕਤਵਰ, ਨਿਮਾਣਾ, ਅਮੀਰ, ਕੰਜੂਸ। ਬਾਕੀ ਵੀ ਬੇਟਾ ਦੇਖੋ ਆਂਸਰਸ ਆਪਣੀ, ਤੁਹਾਡੀ ਪ੍ਰੈਕਟਿਸ ਹੋਏਗੀ ਇਹਦੇ ਨਾਲ। ਹਾਂਜੀ ਪ੍ਰਭਗੁਣ, ਨਿਮਾਣਾ। ਠੀਕ ਹੈ, ਰਬਾਣਾ ਦਾ ਅਰਥ ਹੈ ਨਿਮਾਣਾ। ਓਕੇ ਨੈਕਸਟ, ਸ਼ਾਹ ਹੁਸੈਨ ਕਿਸ ਕਾਵਧਾਰਾ ਦਾ ਕਵੀ ਹੈ? ਸ਼ਾਹ ਹੁਸੈਨ ਕਿਸ ਕਾਵਧਾਰਾ ਦਾ ਕਵੀ ਹੈ? ਆਪਸ਼ਨਸ ਨੇ ਸੂਫੀ ਕਾਵਧਾਰਾ, ਕਿੱਸਾ ਕਾਵਧਾਰਾ, ਗੁਰਮਤ ਕਾਵਧਾਰਾ, ਜਾਂ ਵੀਰ ਕਾਵਧਾਰਾ। ਸ਼ਾਹ ਹੁਸੈਨ, ਯੈਸ ਪ੍ਰਭਗੁਣ, ਸੂਫੀ ਕਾਵਧਾਰਾ। ਠੀਕ ਹੈ, ਸੂਫੀ ਕਾਵਧਾਰਾ ਦੇ ਕਵੀ ਹਨ। ਨੈਕਸਟ ਕੁਐਸਚਨ, ਮਨੁੱਖ ਨੇ ਅੰਤ ਕਿੱਥੇ ਸਮਾਉਣਾ ਹੈ? ਪਾਣੀ ਵਿੱਚ, ਅੱਗ ਵਿੱਚ, ਮਿੱਟੀ ਵਿੱਚ, ਜਾਂ ਹਵਾ ਵਿੱਚ? ਮਨੁੱਖ ਨੇ ਅੰਤ ਵਿੱਚ ਕਿੱਥੇ ਸਮਾਉਣਾ ਹੈ? ਮਿੱਟੀ ਵਿੱਚ। ਮਿੱਟੀ ਵਿੱਚ, ਓਕੇ। ਲਾਸਟ ਕੁਐਸਚਨ, ਕੰਧੇ ਸ਼ਬਦ ਦਾ ਕੀ ਅਰਥ ਹੈ? ਕੰਧੇ, ਅਗੇਨ ਪ੍ਰਭਗੁਣ। ਹਾਂਜੀ, ਕੰਧੇ ਸ਼ਬਦ ਦਾ ਅਰਥ ਮੋਢਿਆਂ ਤੇ। ਠੀਕ ਹੈ, ਵੈਰੀ ਗੁੱਡ, ਮੋਢਿਆਂ ਤੇ। ਓਕੇ ਬੱਚੇ, ਬਾਕੀ ਵੀ ਦੇਖੋ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ, ਇੰਨੀ ਜ਼ਿਆਦਾ ਔਖੀ ਨਹੀਂ ਹੈ ਜੇ ਤੁਹਾਨੂੰ ਮੀਨਿੰਗ ਸਮਝ ਲੱਗ ਜਾਂਦਾ ਹੈ। ਠੀਕ ਹੈ, ਜਿਸ ਤਰ੍ਹਾਂ ਕਿ ਹੁਣ ਰਬਾਣਾ ਦਾ ਮਤਲਬ ਹੈ ਉਹ ਥੋੜਾ ਟਫ ਤੁਹਾਨੂੰ ਲੱਗੇਗਾ, ਕੰਧੇ ਦਾ ਤਾਂ ਮਤਲਬ ਤੁਸੀਂ ਲਿਖ ਹੀ ਲਓਗੇ ਮੋਢਿਆਂ ਤੇ। ਓਕੇ, ਕਾਫ ਟੁਕੜੀ
उस तो बाद वेच तुसी मैनू दसो कि तुहानू किहदे विच ज़्यादा प्रॉब्लम आ रही है। ठीक है, अणडिठा पैरा तुसी कर सकते हो, उन्हों ध्यान नाल पढ़ लियो। उहदा सिरलेख जिहड़ा है कई बच्चों ने की किया होया है कि जिहड़ा फर्स्ट सैट ए दा सी ना उहदे विच कईआं ने गलत ऑप्शन लिख ली सीगी। सो उहदा जिहड़ा पहला ऑप्शन सीगा ना पुरातन समय वाला ਉਹ ਆਉਣਾ ਸੀ। ਠੀਕ ਹੈ, ਸਿਰਲੇਖ ਪੁੱਛਿਆ ਜਾ ਸਕਦਾ ਹੈ, ਪੈਰ ਇਹਨੂੰ ਚੰਗੀ ਤਰ੍ਹਾਂ ਨਾਲ ਪੜ੍ਹੋ। ਦੂਸਰਾ ਵੀ ਪੈਰਾ ਹੀ ਆਏਗਾ, ਤੀਸਰੀ ਕਾਪ ਟੁਕੜੀ ਹੈਗੀ, ਮੇਨਲੀ ਪ੍ਰੋਬਲਮ ਕਿੱਥੇ ਆਉਂਦੀ ਹੈ ਤੁਹਾਨੂੰ ਹਮੇਸ਼ਾ ਕਾਪ ਟੁਕੜੀ ਵਿੱਚ ਆਉਂਦੀ ਹੈ। ਠੀਕ ਹੈ, ਸੋ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਤੁਹਾਨੂੰ ਦੋ ਤਿੰਨ ਕਾਪ ਟੁਕੜੀਆਂ ਸੈਂਡ ਕਰਾਂ, ਉਹਨੂੰ ਤੁਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਿਓ। ਠੀਕ ਹੈ, ਔਰ ਥੋੜ੍ਹੀਆਂ ਟਫ ਵਾਲੀਆਂ ਹੀ ਮੈਂ ਤੁਹਾਨੂੰ ਸੈਂਡ ਕਰਾਂਗੀ। ਠੀਕ ਹੈ, ਜਾਂ ਤੁਹਾਨੂੰ ਮੈਂ ਸੈਂਪਲ ਪੇਪਰ ਸੈਂਡ ਕਰਾਂਗੀ, ਤੁਸੀਂ ਉਹਨੂੰ ਸੋਲਵ ਕਰਿਓ। ਠੀਕ, ਫਿਰ ਜਿਹੜਾ ਨਹੀਂ ਸਮਝ ਲੱਗੇਗਾ ਉਹ ਪੁੱਛ ਲਈਓ। ਕਲੀਅਰ ਹੈ? ਹੁਣ ਮੈਨੂੰ ਦੱਸੋ ਕਿ ਮੁਹਾਵਰੇ ਤੁਹਾਡੇ ਹੋ ਗਏ, ਮੁਹਾਵਰਿਆਂ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ, ਕਿਉਂਕਿ ਮੈਂ ਤੁਹਾਨੂੰ ਕੱਲ੍ਹ ਕਿਹਾ ਸੀਗਾ ਕਿ ਤੁਸੀਂ ਆਪਣੀਆਂ ਪ੍ਰੋਬਲਮਸ ਮੈਨੂੰ ਦੱਸਣੀਆਂ ਨੇ। ਠੀਕ ਹੈ, ਕਿ ਅਗਰ ਤੁਹਾਨੂੰ ਕਿਸੇ ਵੀ ਕੁਐਸਚਨ ਵਿੱਚ ਜਾਂ ਕੋਈ ਵੀ ਟੋਪਿਕ ਹੈ ਉਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਮੈਨੂੰ ਦੱਸੋ, ਜਾਂ ਆਪਾਂ ਸੈਂਪਲ ਪੇਪਰ ਡਿਸਕਸ ਕਰੀਏ। ਸੈਂਪਲ ਪੇਪਰ ਵਿੱਚ ਫਿਰ ਸਾਰੇ ਹੀ ਆ ਜਾਣਗੇ। ਠੀਕ ਹੈ, ਸੈਂਪਲ ਪੇਪਰ ਵਿੱਚ ਫਿਲਹਾਲ ਮੈਂ ਤੁਹਾਡੇ ਨਾਲ ਅਣਡਿੱਠੀ ਕਾਵ ਟੁਕੜੀ ਜਾਂ ਪੈਰਾਂ ਨਹੀਂ ਡਿਸਕਸ ਕਰਾਂਗੀ। ਠੀਕ ਹੈ, ਓਕੇ। ਇੱਥੇ ਨਾ ਬੇਟਾ ਜਿਹੜੀ ਤੁਹਾਡੀ ਜ਼ਫਰਨਾਮਾ ਇਕਾਂਗੀ ਹੈ ਨਾ, ਇਹਦੇ ਬਹੁਤ ਸਾਰੇ ਕੁਐਸਚਨ ਦਿੱਤੇ ਹੋਏ ਨੇ, ਐਕਸਟਰਾ ਕੁਐਸਚਨ ਵੀ ਹੈ, ਅਗਰ ਤੁਸੀਂ ਚਾਹੋ ਤੇ ਉਹ ਮੈਂ ਤੁਹਾਨੂੰ ਕਰਵਾ ਸਕਦੀ ਹਾਂ। ਠੀਕ ਹੈ, ਨੀਅਰ ਅਬਾਊਟ 49 ਕੁਐਸਚਨ ਨੇ ਇਹਦੇ ਵਿੱਚੋਂ, ਦੀ ਮੋਸਟਲੀ ਆਪਾਂ ਕੀਤੇ ਹੋਏ ਨੇ। ਠੀਕ ਹੈ, ਇਹਨੂੰ ਧਿਆਨ ਨਾਲ ਸੁਣ ਲਓ। ਜ਼ਫਰਨਾਮਾ ਇਕਾਂਗੀ ਤੁਹਾਡੀ ਐਟਲੀਸਟ ਇਕਾਂਗੀ ਪੂਰੀ ਹੋਏਗੀ। ਪਹਿਲਾਂ ਤੇ ਜ਼ਫਰਨਾਮਾ ਇਕਾਂਗੀ ਹੈ ਜਿਹੜੀ ਉਹ ਡਾਕਟਰ ਹਰਚਰਨ ਸਿੰਘ ਦੀ ਲਿਖੀ ਹੋਈ ਹੈ। ਠੀਕ ਹੈ, ਡਾਕਟਰ ਹਰਚਰਨ ਸਿੰਘ ਦਾ ਜਨਮ ਕਦੋਂ ਹੋਇਆ ਸੀ? ਐਨੀਵਨ? ਡਾਕਟਰ ਹਰਚਰਨ ਸਿੰਘ ਦਾ ਜਨਮ ਦੱਸੇਗਾ ਕੋਈ? ਯੈਸ ਅਰਸ਼ੀਨ? ਮੈਮ, ਆਈ ਥਿੰਕ ਇਹਨਾਂ ਦਾ ਜਨਮ 14 ਦਸੰਬਰ ਹੋਇਆ ਸੀਗਾ। ਹਾਂ ਹਾਂ। ਓਕੇ, ਇਮਾਨੀ? 10 December 1914। ਹਾਂਜੀ, ਠੀਕ ਹੈ, 10 December 1914 ਵਿੱਚ ਡਾਕਟਰ ਹਰਚਰਨ ਸਿੰਘ ਦਾ ਜਨਮ ਹੋਇਆ ਸੀ। ਠੀਕ ਹੈ, ਤੇ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਸਫ਼ਰਨਾਮਾ ਇਕਾਂਗੀ ਤੁਹਾਡੀ ਕਿਹੜੀ ਪਾਠ ਪੁਸਤਕ ਵਿੱਚ ਸ਼ਾਮਿਲ ਹੈ? ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਹਾਂਜੀ ਪ੍ਰਭਗੁਨ? ਵਨਗੀ ਵਿੱਚ। ਵਨਗੀ ਵਿੱਚ, ਠੀਕ ਹੈ। ਇਕਾਂਗੀ ਕਿਸਦੀ ਰਚਨਾ ਹੈ? ਆਪਾਂ ਕਰ ਲਿਆ, ਜਨਮ ਸਾਡਾ ਹੋ ਗਿਆ। ਡਾਕਟਰ ਹਰਚਰਨ ਸਿੰਘ ਦਾ ਜਨਮ ਹੋਇਆ ਕਿੱਥੇ ਸੀ? ਆਪਸ਼ਨ ਦਿੰਦੀ ਆ ਮੈਂ ਤੁਹਾਨੂੰ, ਚੱਕ ਨੰਬਰ 576 ਜ਼ਿਲ੍ਹਾ ਸ਼ੇਖੂਪੁਰਾ ਵਿੱਚ, ਅੰਮ੍ਰਿਤਸਰ ਵਿੱਚ, ਬਠਿੰਡੇ ਵਿੱਚ ਜਾਂ ਗੁਰਦਾਸਪੁਰ ਵਿੱਚ। ਮਿਸ਼ਟੀ? ਮੈਮ, ਆਪਸ਼ਨ ਏ, ਚੱਕ ਨੰਬਰ 576 ਜ਼ਿਲ੍ਹਾ ਸ਼ੇਖੂਪੁਰਾ, ਪਾਕਿਸਤਾਨ। ਵੈਰੀ ਗੁੱਡ, ਆਪਸ਼ਨ ਏ, ਚੱਕ ਨੰਬਰ 576। ਠੀਕ ਹੈ, ਨੈਕਸਟ, ਡਾਕਟਰ ਹਰਚਰਨ ਸਿੰਘ ਦੇ ਮਾਤਾ ਜੀ ਦਾ ਕੀ ਨਾਂ ਸੀ? ਮਾਤਾ ਜੀ ਦਾ ਨਾਮ? ਪ੍ਰਭਗੁਨ? ਸ਼੍ਰੀਮਤੀ ਰੱਖੀ ਜੀ। ਠੀਕ ਹੈ, ਸ਼੍ਰੀਮਤੀ ਰੱਖੀ। ਡਾਕਟਰ ਹਰਚਰਨ ਸਿੰਘ ਦੇ ਪਿਤਾ ਜੀ ਦਾ ਕੀ ਨਾਂ ਸੀ? ਪਿਤਾ ਜੀ ਦਾ ਨਾਮ? ਯੈਸ ਅਰਸ਼ੀਨ? ਮੈਮ, ਸਰਦਾਰ ਕਿਰਪਾ ਸਿੰਘ। ਹਾਂਜੀ, ਠੀਕ ਹੈ, ਗੁੱਡ। ਡਾਕਟਰ ਹਰਚਰਨ ਸਿੰਘ ਦੇ ਕਿਹੜੇ ਇਕਾਂਗੀ ਨੂੰ ਸਾਹਿਤ ਅਕਾਦਮੀ ਦਿੱਲੀ ਦਾ ਪੁਰਸਕਾਰ ਮਿਲਿਆ ਹੈ? ਰਾਜਾ ਪੋਰਸ, ਕੱਲ ਅੱਜ ਤੇ ਪਲਕ, ਹਿੰਦ ਦੀ ਚਾਦਰ, ਪੰਜ ਗੀਟੜਾ। ਯੈਸ ਇਮਾਨੀ? ਕੱਲ ਅੱਜ ਤੇ ਪਲਕ। ਠੀਕ ਹੈ, ਗੁੱਡ, ਕੱਲ ਅੱਜ ਤੇ ਪਲਕ ਨੂੰ। ਡਾਕਟਰ ਹਰਚਰਨ ਸਿੰਘ ਦੀ ਮੌਤ ਕਦੋਂ ਹੋਈ ਸੀ? 2004, 2008, 2016 ਜਾਂ 2006? ਕ੍ਰਿਤਿਕਾ? ਮੈਮ, 2006। 2006, ਓਕੇ। ਅਸਤ ਖਾਨ ਕੌਣ ਸੀ? ਹੁਣ ਇੱਥੇ ਆਪਸ਼ਨ ਦੇਖੋ, ਅਸਤ ਖਾਨ ਦੀਆਂ ਇਹ ਲਿਖੀਆਂ ਹੋਈਆਂ ਨੇ, ਸ਼ਾਹੀ ਹਕੀਮ, ਵਿੱਤ ਮੰਤਰੀ, ਸੂਬੇਦਾਰ ਜਾਂ ਰਸਾਲਦਾਰ? ਰਸਾਲ,
ਹੁਣ ਇੱਥੇ ਕੋਈ ਅਹਿਲਕਾਰ ਕੋਈ ਉਹਦਾ ਦਿਲੀ ਦੋਸਤ ਵਾਲੀ ਆਪਸ਼ਨ ਨਹੀਂ ਹੈ ਹੁਣ ਇੱਥੇ ਆਪਸ਼ਨਸ ਜਿਹੜੀਆਂ ਨੇ ਉਹ ਅਲੱਗ ਨੇ ਠੀਕ ਹੈ ਸ਼ਾਹੀ ਹਕੀਮ ਹੈ ਵਿੱਤ ਮੰਤਰੀ ਹੈ ਠੀਕ ਹੈ ਰਸਾਲਦਾਰ ਹੈ ਜਾਂ ਹਾਂਜੀ ਪ੍ਰਭਗੁਨ ਵਿੱਤ ਮੰਤਰੀ ਵਿੱਤ ਮੰਤਰੀ ਠੀਕ ਹੈ ਓਕੇ ਰਾਈਟ ਅਸਤ ਖਾਨ ਕੌਣ ਸੀ ਵਿੱਤ ਮੰਤਰੀ ਇਹਨੂੰ ਵੀ ਲਿਖ ਲਿਓ ਠੀਕ ਹੈ ਕਈ ਵਾਰੀ ਕੁਐਸਚਨ ਵਿੱਚ ਅਹਿਲਕਾਰ ਨਹੀਂ ਆ ਸਕਦਾ ਨੈਕਸਟ ਹੈ ਔਰੰਗਜ਼ੇਬ ਕੌਣ ਸੀ ਲੋਧੀ ਬਾਦਸ਼ਾਹ ਮੁਗਲ ਬਾਦਸ਼ਾਹ ਮਹਾਨ ਫਕੀਰ ਜਾਂ ਪ੍ਰਸਿੱਧ ਕਵੀ ਮਿਸਟੀ ਮੁਗਲ ਬਾਦਸ਼ਾਹ ਠੀਕ ਹੈ ਮੁਗਲ ਬਾਦਸ਼ਾਹ ਤੀਸੀ ਬੇਗਮ ਇਹ ਤੁਸੀਂ ਕਰ ਲੋਗੇ ਅੱਛਾ ਨੈਕਸਟ ਹੈ ਦੇਖੋ ਇਹ ਆਪਾਂ ਨਹੀਂ ਕੀਤਾ ਹੋਇਆ ਪਹਿਲਾਂ ਨਹੀਂ ਕੀਤਾ ਹੋਇਆ ਧਿਆਨ ਨਾਲ ਸੁਣ ਲਿਓ ਔਰੰਗਜ਼ੇਬ ਦੇ ਬਿਸਤਰੇ ਤੇ ਕਿਹੜੀ ਖੱਲ ਵਿਛੀ ਹੋਈ ਸੀ ਸ਼ੇਰ ਦੀ ਖੱਲ ਸੋਰੀ ਚਿੱਤਰੇ ਦੀ ਖੱਲ ਹਿਰਨ ਦੀ ਖੱਲ ਜਾਂ ਹਾਥੀ ਦੀ ਖੱਲ ਹਾਂਜੀ ਪ੍ਰਭਗੁਨ ਚਿੱਤਰੇ ਦੀ ਖੱਲ ਚਿੱਤਰੇ ਦੀ ਖੱਲ ਠੀਕ ਹੈ ਇਹਨੂੰ ਲਿਖ ਲਓ ਬੇਟਾ ਰਾਈਟ ਔਰੰਗਜ਼ੇਬ ਦੇ ਬਿਸਤਰੇ ਤੇ ਕਿਹੜੀ ਖੱਲ ਵਿਛੀ ਹੋਈ ਸੀ ਚਿੱਤਰੇ ਦੀ ਠੀਕ ਹੈ ਇਹ ਆਪਾਂ ਕੀਤਾ ਨਹੀਂ ਹੋਇਆ ਪਹਿਲਾਂ ਚਿੱਤਰੇ ਦੀ ਖੱਲ ਨੈਕਸਟ ਹੈ ਔਰੰਗਜ਼ੇਬ ਦਾ ਬਿਸਤਰਾ ਕਿੱਥੋਂ ਦੇ ਕਾਲੀਨ ਉੱਪਰ ਵਿਛਿਆ ਹੋਇਆ ਸੀ ਬੰਗਾਲੀ ਕਾਲੀਨ ਬਰਤਾਨਵੀ ਕਾਲੀਨ ਇਰਾਨੀ ਕਾਲੀਨ ਜਾਂ ਕਸ਼ਮੀਰੀ ਕਾਲੀਨ ਉਹਦਾ ਬਿਸਤਰਾ ਕਿਸ ਕਾਲੀਨ ਉੱਤੇ ਵਿਛਿਆ ਹੋਇਆ ਸੀ ਬੰਗਾਲੀ ਬਰਤਾਨਵੀ ਇਰਾਨੀ ਜਾਂ ਕਸ਼ਮੀਰੀ ਹਾਂਜੀ ਪ੍ਰਭਗੁਨ ਮੈਮ ਇਰਾਨੀ ਇਰਾਨੀ ਕਾਲੀਨ ਉੱਤੇ ਇਹਨੂੰ ਵੀ ਅੰਡਰਲਾਈਨ ਕਰ ਲਓ ਇਹ ਵੀ ਕੁਐਸਚਨ ਤੁਸੀਂ ਨਹੀਂ ਕੀਤਾ ਹੋਇਆ ਬਿਸਤਰਾ ਉਹਦਾ ਇਰਾਨੀ ਕਾਲੀਨ ਤੇ ਵਿਛਿਆ ਹੋਇਆ ਸੀ ਠੀਕ ਹੈ ਨੈਕਸਟ ਔਰੰਗਜ਼ੇਬ ਦੀ ਪਗੜੀ ਕਿਸ ਦੀਆਂ ਤਾਰਾਂ ਨਾਲ ਮੜੀ ਹੋਈ ਸੀ ਜਿਹੜੀ ਉਹਦੀ ਪਗੜੀ ਤੇ ਤਾਰਾਂ ਸਨ ਉਹ ਕਿਸ ਦੀਆਂ ਸਨ ਲੋਹੇ ਦੀਆਂ ਚਾਂਦੀ ਦੀਆਂ ਸੋਨੇ ਦੀਆਂ ਜਾਂ ਪਿੱਤਲ ਦੀਆਂ ਅਰਸ਼ੀਨ ਮੈਮ ਸੋਨੇ ਦੀਆਂ ਤਾਰਾਂ ਸੋਨੇ ਦੀਆਂ ਤਾਰਾਂ ਨੈਕਸਟ ਔਰੰਗਜ਼ੇਬ ਦਾ ਕਮਰਬੰਦ ਕਿਸ ਦਾ ਬਣਿਆ ਹੋਇਆ ਸੀ ਜਿਹੜਾ ਸਾਈਡ ਤੇ ਹੁੰਦਾ ਹੈ ਕਮਰਬੰਦ ਖੱਦਰ ਦਾ ਸਿਲਕ ਦਾ ਰੂਬੀਏ ਦਾ ਜਾਂ ਟੈਰਾਲੀਨ ਦਾ ਅਰਸ਼ੀਨ ਸਿਲਕ ਦਾ ਸਿਲਕ ਦਾ ਠੀਕ ਹੈ ਨੈਕਸਟ ਔਰੰਗਜ਼ੇਬ ਨੇ ਕਮਰਬੰਦ ਵਿੱਚ ਕੀ ਟੰਗਿਆ ਹੋਇਆ ਸੀ ਛੁਰਾ ਤਲਵਾਰ ਤੀਰ ਜਾਂ ਖੰਜਰ ਅਰਸ਼ੀਨ ਖੰਜਰ ਖੰਜਰ ਕਿਹੜੇ ਹੱਥ ਸੀ ਸੱਜੇ ਕਿ ਖੱਬੇ ਖੱਬੇ ਹੱਥ ਓਕੇ ਨੈਕਸਟ ਤੇ ਔਰੰਗਜ਼ੇਬ ਨੇ ਹੱਥ ਵਿੱਚ ਕੀ ਫੜਿਆ ਹੋਇਆ ਸੀ ਕਮਰਬੰਦ ਵਿੱਚ ਤਾਂ ਉਹਦੇ ਖੰਜਰ ਸੀ ਉਹਦੇ ਹੱਥ ਵਿੱਚ ਕੀ ਫੜਿਆ ਹੋਇਆ ਸੀ ਉਹਨੇ ਸੋਟੀ ਤਲਵਾਰ ਬਰਸ਼ਾ ਜਾਂ ਬੰਦੂਕ ਹਾਂਜੀ ਪ੍ਰਭਗੁਨ ਮੈਮ ਸੋਟੀ ਸੋਟੀ ਠੀਕ ਹੈ ਔਰੰਗਜ਼ੇਬ ਨੈਕਸਟ ਕੁਐਸਚਨ ਔਰੰਗਜ਼ੇਬ ਅਨੁਸਾਰ ਕੁਦਰਤ ਵੀ ਕੀ ਹੋ ਗਈ ਹੈ ਦਿਆਲੂ ਕਿਰਪਾਲੂ ਕਿਹਰਵਾਨ ਜਾਂ ਝਗੜਾਲੂ ਕਹਿਰਵਾਨ ਹਾਂਜੀ ਠੀਕ ਹੈ ਕੁਦਰਤ ਵੀ ਕਹਿਰਵਾਨ ਹੋ ਗਈ ਹੈ ਗੁੱਡ ਕਾਬਲ ਸ਼ਬਦ ਤੋਂ ਕੀ ਭਾਵ ਹੈ ਕਾਬਲ ਇਹਦੇ ਵਿੱਚ ਸ਼ਬਦ ਵੀ ਆ ਗਿਆ ਠੀਕ ਹੈ ਕਾਬਲ ਸ਼ਬਦ ਤੋਂ ਕੀ ਭਾਵ ਹੈ ਹਾਂਜੀ ਪ੍ਰਭਗੁਨ ਯੋਗ ਯੋਗ ਔਰੰਗਜ਼ੇਬ ਨੈਕਸਟ ਔਰੰਗਜ਼ੇਬ ਨਾਚ ਔਰ ਸਾਜ਼ ਬਾਰੇ ਕੀ ਆਖਦਾ ਹੈ ਔਰੰਗਜ਼ੇਬ ਨਾਚ ਔਰ ਸਾਜ਼ ਬਾਰੇ ਕੀ ਆਖਦਾ ਹੈ ਆਪਸ਼ਨਸ ਨੇ ਹੌਲੀ ਕਰਨ ਬਾਰੇ ਮਤਲਬ ਉਹਦਾ ਵੋਲਿਊਮ ਸਲੋ ਕਰੋ ਵੋਲਿਊਮ ਤੇਜ਼ ਕਰੋ ਬੰਦ ਕਰਨ ਬਾਰੇ ਜਾਂ ਸਾਹਮਣੇ ਆ ਕੇ ਨੱਚਣ ਬਾਰੇ ਜਾਨਵੀ ਮੈਮ ਬੰਦ ਕਰਨ ਬਾਰੇ ਠੀਕ ਹੈ ਬੰਦ ਕਰਨ ਬਾਰੇ ਨੈਕਸਟ ਫਿਰ ਸ਼ਬਦ ਹੈ ਇੱਕ ਮਹਿਰੂਮ ਮਹਿਰੂਮ ਸ਼ਬਦ ਤੋਂ ਕੀ ਭਾਵ ਹੈ ਪਿਆਰਾ ਕੀਮਤੀ
वांझा या अपना? प्यारा। हां जी चयन। वांझा। महरूम। ओके वांझा। वांझा मतलब अलग। अलग वांझा मतलब ओदे कोल कुछ दूर। ठीक है ओनू आपा कह रहे हैं। ओके नेक्स्ट। आवाज अनुसार अहलकार ते सूबेदार की उड़ीक रहे सन? औरंगजेब दा हुकम, औरंगजेब दी तंदरुस्ती, औरंगजेब दे आउण नू या औरंगजेब दी मौत नू? अर्शीन। औरंगजेब दी मौत नू। ठीक है नेक्स्ट। औरंगजेब शराब नोशी करन वालियां ली की हुकम दिंदा है? गिरफ्तारी दा, इनाम देन दा, सूबेदार बनन दा या देश निकाले दा? प्रभगुन। गिरफ्तारी दा क्योंकि उन्हें शराब वगैरह बिल्कुल भी पसंद नहीं सी। आवाज अनुसार ये आप ऑलरेडी कच्चा किता हुआ है सारी बहुत पहला भी। आवाज अनुसार औरंगजेब ने किन्ने साल प्रजा दे मन दा चैन खोया? 40 साल, 50 साल, 37 साल, 47 साल? मिस्टी। मैम 50 साल। 50 साल इहदे विच ना बेटा दो तरीके, एक तां जदों राज कीता उहने, ठीक है राज उहने कीता 48 साल, प्रजा दे मन दा उहने चैन खोया 50 साल। ठीक है औरंगजेब नूं नारे जड़े लगा रहे सीगे लोकी, ठीक है किस तरह दे जापदे सन? केवल रौला ही, चंगे, खौफना या माड़े? जड़े नारे लग रहे सन उन्हों किद्दा दे लग रहे सन? जानवी। मैम खौफनाक। खौफनाक। औरंगजेब कित्थों फौज मंगवा के बगावत नूं कुचलन दी गल करदा है? आगरे तो, कलकत्ते तो, लाहौर तो या दिल्ली तो? इमानी। दिल्ली तो। दिल्ली तो। नेक्स्ट है खुशफहमी शब्द का की अर्थ है? खुशफहमी भुलेखा, डराकल, चंगी खबर या वहमी? प्रभगुन। चंगी खबर। खुशफहमी, खुशफहमी चंगी खबर। ओके नेक्स्ट है फिलिप है, ठीक है सिर्फ मुट्ठी पर लोकां दी डैश नू सामने रखिया है। ए टेस्ट विच भी आया सीगा, मोस्टली बच्चे ने गलत कर दिता। लोड़ नू, बेहतरी नू, अमीरी नू या गरीबी नू? सिर्फ मुट्ठी पर लोकां दी। चयंक। बेहतरी नू। बेहतरी नू ठीक है, कुछ बच्चे लिख रहे सीगे गरीबी, वो गलत होएगा। नेक्स्ट है मुमकिन शब्द तो की भाव है? मुमकिन, डराकल, असंभव, संभव या हिम्मती? मिस्ट्री। संभव। असंभव ठीक है, इम्पॉसिबल। मैम संभव। संभव मुमकिन, मुमकिन है ना, मुमकिन संभव। हर काम असंभव मुमकिन है। ओके संभव। नेक्स्ट है औरंगजेब मैदानी जंग विच समय सिर नमाज करदा सी? नहीं, कदे कदाई, हां या सवेर समय? नमाज वो कदों करदा सी? प्रभगुन। सवेर समय। फजर दी नमाज तो की भाव है? फजर दी नमाज, सवेर दी, शाम दी, दोपहर दी, रात दी? इमानी। सवेर दी। सवेर दी। जीनत नू किसने जगाया सी? प्रा ने, शाही हकीम ने, बेगम ने या सूबेदार ने? जानवी। मैम बेगम ने। बेगम ने। औरंगजेब नू, औरंगजेब किस नू मस्जिद तक लेके जान ली आखदा है? हकीम नू, बेगम उदयपुरी नू, अहलकार नू या जीनत नू? इमानी। जीनत नू। जीनत नू। ओके
ओके फिर फिलिप है, हजूर दे चेहरे ते अखां दी डैश चिंता भरी है, अलामत रोशनी चमक सोच। हजूर दे चेहरे ते अखां दी डैश चिंता भरी है। प्रभगुन अलामत 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 आएगा, अलामत चिंता भरी है। ओके नेक्स्ट फिर एक शब्द है मुफीद, मुफीद ऑप्शंस ने नुकसानदायक लाभदायक खरा या महंगा। नुकसानदायक लाभदायक खरा या महंगा। चयंक लाभदायक, लाभदायक मुफीद का अर्थ होता है लाभदायक। ओके नेक्स्ट है गुरु गोबिंद सिंह का खत लेके औरंगजेब नू कौन मिलिया सी, दया सिंह राम सिंह हरभजन सिंह के निहाल सिंह। अशीन दया सिंह। जफरनामे ने औरंगजेब दे किहड़े जज्बे नू हलून के रख दिता, अमानवी जज्बे नू लोभी जज्बे नू घमंडी जज्बे नू या इंसानी जज्बे नू। प्रभगुन इंसानी जज्बे नू। श्री गुरु गोबिंद सिंह जी दे नाल केड़े फौजदार रल गए सन, केड़े फौजदार रल गए सन। अगर ऑप्शंस में ना दवा चयंक रमजान खान ते सैद खान, सैद खान ते रमजान खान। नेक्स्ट क्वेश्चन पंजाब विच सिखां नू किसने काबू विच रखिया सी, मिस्ट्री मैम वजीर खान ने, वजीर खान ने। श्री गुरु गोबिंद सिंह जी ने औरंगजेब नू किथे मिलन दा पैगाम कल्या, ऑप्शंस तो बिना दसो जरा। इमानी मालवे दे कांगड़ नगर। वजीर खान ने गुरु जी दे छोटे पुत्रा नू किमे मरवाया सी, प्रभगुन मैम जिउंदे जी नीहां विच चिणवा के, जिउंदे जी नीहां विच चिणवा दिता सीगा। ठीक है वेरी गुड। ओके इस तो इलावा ना बेटा होर काफी सारे जिस तरह हुण आपां कीता ना इहदे विच जफरनामा एकांगी विच 9-10 एक्स्ट्रा क्वेश्चन आए सीगे। ठीक है इसे तरह ही बाकी भी जिहड़े जिद्दां बोली है वार्तक है ना घर दा प्यार है दो साड़ियां काव्य रचनावां है कहानी है इदां ही ओहदे भी एक्स्ट्रा क्वेश्चन ने। ठीक है ਉਹ ਵੀ ਇਹ ਵੀ ਮੈਂ ਤੁਹਾਨੂੰ ਸੈਂਡ ਕਰ ਦੇਵਾਂਗੀ, ਉਹਨੂੰ ਵੀ ਤੁਸੀਂ ਸੋਲਵ ਕਰ ਲਈ ਕਿਉਂਕਿ ਕਾਫੀ ਕੁਐਸਚਨਸ ਆਪਾਂ ਕੀਤੇ ਹੋਏ ਨੇ। ਠੀਕ ਹੈ ਹੁਣ ਜਿਸ ਤਰ੍ਹਾਂ ਦੇਖੋ ਕੁਲਫੀ ਕਹਾਣੀ ਹੈ ਇਹਦੇ ਵਿੱਚ ਸੁਜਾਨ ਸਿੰਘ ਬਾਰੇ ਆ ਸਕਦਾ ਹੈ, ਰਾਈਟਰ ਬਾਰੇ ਤੁਸੀਂ ਪੜ੍ਹਨਾ ਹੈ। ਠੀਕ ਹੈ ਜਿਸ ਤਰ੍ਹਾਂ ਪਹਿਲਾਂ ਆਪਾਂ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਬਾਰੇ। ਠੀਕ ਹੈ ਗੁਰੂ ਨਾਨਕ ਦੇਵ ਜੀ ਬਾਰੇ ਮੈਨੂੰ ਉਹਨਾਂ ਦਾ ਜੀਵਨ ਦਾ ਬਿਓਰਾ ਕੌਣ ਦੱਸੇਗਾ, ਜਨਮ ਮਾਤਾ ਪਿਤਾ ਉਹਨਾਂ ਦੀ ਭੈਣ ਦਾ ਨਾਮ ਉਹਨਾਂ ਦੀਆਂ ਬਾਕੀ ਜਿਹੜੀਆਂ ਬਾਣੀਆਂ ਹਨ ਉਹਨਾਂ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈ ਇਹ ਕੌਣ ਦੱਸੇਗਾ ਮੈਨੂੰ। ਜਿੰਨਾ ਵੀ ਪਤਾ ਹੈ ਤੁਹਾਨੂੰ ਉਹਨਾਂ ਦਾ ਜੀਵਨ ਕਾਲ ਜਨਮ ਕਿੱਥੇ ਹੋਇਆ ਜੋਤੀ ਜੋਤ ਕਿੱਥੇ ਸਮਾਏ ਐਨੀਵਨ ਦੱਸੇਗਾ ਮੈਨੂੰ ਕੋਈ। ਓਕੇ ਹਾਂਜੀ ਪ੍ਰਭਗੁਨ ਹਾਂ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਅਤੇ ਉਹਨਾਂ ਤੋਂ ਹੀ ਸਿੱਖ ਧਰਮ ਦੀ ਸ਼ੁਰੂਆਤ ਹੋਈ ਹੈ। ਉਹਨਾਂ ਦਾ ਜਨਮ ਆਪ ਜੀ ਦਾ ਜਨਮ 1469 ਈਸਵੀ ਵਿੱਚ ਰਾਏਪੁਰ ਦੀ ਤਲਵੰਡੀ ਪਾਕਿਸਤਾਨ ਵਿਖੇ ਹੋਇਆ। ਆਪ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਦੇਵੀ ਜੀ ਸੀ ਤੇ ਪਿਤਾ ਜੀ ਦਾ ਨਾਮ ਮਹਿਤਾ ਕਲਿਆਣ ਦਾਸ ਜੀ ਸੀ ਜਿਹਨਾਂ ਨੂੰ ਮਹਿਤਾ ਕਾਲੂ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਪ ਜੀ ਦੀ ਇੱਕ ਵੱਡੀ ਭੈਣ ਬੇਬੇ ਨਾਨਕੀ ਜੀ ਵੀ ਸਨ ਜੋ ਆਪ ਜੀ ਤੋਂ 5 ਸਾਲ ਵੱਡੇ ਸਨ। ਆਪ ਜੀ ਬਚਪਨ ਤੋਂ ਹੀ ਪਰਮਾਰਥ ਦੀਆਂ ਗੱਲਾਂ ਕਰਦੇ ਤੇ ਆਪ ਜੀ ਦੇ ਖੇਡ ਵੀ ਸਾਰਿਆਂ ਤੋਂ ਵੱਖ ਹੁੰਦੇ। ਆਪ ਜੀ ਨੂੰ
आप जी दे पिता जी ने सच्चे सौदे दे सच्चा सौदा करन आप जी सौदा करन वास्ते भेजा ते आप जी ने उते भुखे साधुआं नू रोटी खवा के कहा कि मैं सच्चा सौदा करके आया हाँ। फिर आप जी दे पिता जी ने अपनी भैन को सुल्तानपुर विखे अपने भैन दे जीदा जी को भेज दिता ते उथे जाके आप जी ने मोदी खाने विच नौकरी की ते तेरा तेरा कह के सब कुछ तोल सब कुछ गरीबा विच वंडे गए। आप जी नू उते ही तीन दिन वेई नदी विच इशनान करन तो बाद परमात्मा दी प्राप्ति होगी ते आप जी ने सब तो पहला ए उपदेश दिता ना को हिंदू ना को मुसलमान। आप जी ने अपने पूरे जीवन काल विच चार उदासियां कीतियां ते लोकां नू सिद्धे राहे पाया जिवें वली कंधारी सज्जन ठग आदि। आप जी ने बाबर नू भी नेकी करन दा संदेश दिता ते जुलम बंद करन वास्ते कहा। आप जी ने फिर सारी सारा समा अंतला समा करतारपुर विखे खेती करदे होए गुजारिया ते आप जी ने तीन संदेश दिते कित करो नाम जपो ते वंड के छको। आप जी 1539 ईस्वी विच ज्योति जोत करतारपुर विखे समा। ठीक है, वेरी गुड। ते इना दे दो पुत्र सन बाबा श्री चंद जी ते बाबा श्री लक्ष्मी, ठीक है, लक्ष्मी चंद जी, ठीक है। और बाकी गुरु अमरदास जी बारे वो आपां फिर तुसी हुण पढ़ लियो। ओके, सैटरडे नूं तुहाडा पेपर है, सो ऑल द वेरी बेस्ट फॉर योर पेपर। कोई भी डाउट होए मैनूं पुछ जरूर लियो, ठीक है। और बहुत ध्यान दे नाल ऑप्शन नूं पढ़ के पेपर करियो, जिहड़ा नहीं आंदा होएगा उहनूं फिलहाल लई छड्ड दियो, ठीक है। गुड लक।